ਸ਼ੋਅ ਗਾਈਡ ਵਿਦ ਜਸਪ੍ਰੀਤ ਸਿੰਘ ਅਟਰਨੀ ਹੋਰਾਂ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਇਸ ਪ੍ਰੋਗਰਾਮ ਦੇ ਤਹਿਤ ਦਰਸ਼ਕਾਂ ਨੂੰ ਅਹਿਮ ਜਾਣਕਾਰੀਆਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਅਸੀਂ ਦਿੰਦੇ ਹਾਂ। ਮਸਲੇ ਕਈ ਸਾਰੇ ਨੇ, ਉਹਨਾਂ ਮਸਲਿਆਂ ਦੇ ਵਿੱਚ ਸਭ ਤੋਂ ਵੱਡਾ ਮਸਲਾ ਹੈਗਾ ਜਿਹੜੇ B1 B2 ਵੀਜ਼ਾ 'ਤੇ ਇੱਥੇ ਪਹੁੰਚੇ ਸੀਗੇ, ਟੂਰਿਸਟ ਵੀਜ਼ਾ 'ਤੇ ਜਾਂ ਫਿਰ ਬਿਜ਼ਨਸ ਵੀਜ਼ਾ 'ਤੇ, ਕੀ ਉਹਨਾਂ ਦਾ ਵੀਜ਼ਾ ਐਕਸਟੈਂਡ ਹੋਵੇਗਾ ਕਿਉਂਕਿ ਇਸ ਕਰੋਨਾ ਵਾਇਰਸ ਕਰਕੇ ਉਹ ਵਾਪਸ ਨਹੀਂ ਜਾ ਸਕਦੇ। ਤੁਹਾਡੇ ਕੋਲ ਕੀ ਕੁਝ ਲੀਗਲ ਰਾਈਟਸ ਨੇ ਵੈਨ ਇਟ ਕਮਸ ਟੂ ਇਮੀਗ੍ਰੇਸ਼ਨ, ਉਹਦੇ ਉੱਤੇ ਜਾਣਕਾਰੀ ਲਵਾਂਗੇ। ਔਰ ਜਿਹੜੇ ਸਾਡੇ ਭਰਾ ਜਾਂ ਭੈਣਾਂ ਸਾਡੀਆਂ ਇਸ ਟਾਈਮ ਇੰਡੀਆ ਦੇ ਵਿੱਚ ਫਸੇ ਹੋਏ ਨੇ ਔਰ ਉਹਨਾਂ ਦਾ ਗ੍ਰੀਨ ਕਾਰਡ ਜਿਹੜਾ ਹੈਗਾ ਉਹਨੂੰ ਲੈ ਕੇ ਜਿਹੜਾ ਰਿਨਿਊਅਲ ਹੈਗਾ ਉਹ ਕੀ ਪ੍ਰੋਸੈਸ ਸਾਨੂੰ ਕਹਿੰਦਾ, ਔਰ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਹੈ H1B ਵੀਜ਼ਾ, ਉਹਨੂੰ ਲੈ ਕੇ ਕਈ ਸਾਰੀਆਂ ਸਮੱਸਿਆਵਾਂ ਆ ਰਹੀਆਂ ਹਨ ਕਿਉਂਕਿ COVID-19 ਕਰਕੇ ਕਈਆਂ ਦੀ ਜੌਬ ਵੀ ਚਲੀ ਗਈ ਹੈ, ਤਾਂ ਹੁਣ ਉਹ ਕੀ ਕਰ ਸਕਦੇ ਨੇ, ਕਿ ਉਹਨਾਂ ਦੇ ਕੋਲ ਕੋਈ ਵਿਕਲਪ ਹੈਗਾ ਆਪਣੇ ਸਟੈਟਸ ਨੂੰ ਚੇਂਜ ਕਰਾਉਣ ਦੇ ਲਈ, ਵਟ ਦੇ ਕੈਨ ਡੂ ਇਮੀਜੀਏਟ ਵੈਨ ਇਟ ਕਮਸ ਟੂ ਅਸਾਇਲਮ ਨੂੰ ਲੈ ਕੇ ਵੀ ਕਈ ਸਾਰੀਆਂ ਜਿਹੜੀ ਦਲੀਲਾਂ ਨੇ ਉਸ ਉਹਨਾਂ ਨੂੰ ਮਿਲ ਰਹੀਆਂ ਹਨ। ਕੋਰਟ ਕਦ ਖੁੱਲ੍ਹਣਗੇ, ਕਦ ਸੁਣਵਾਈਆਂ ਹੋਣਗੀਆਂ, ਮੈਰਿਜ ਕੇਸਿਸ ਨੂੰ ਲੈ ਕੇ ਕੀ ਹੋ ਰਿਹਾ, ਸਿਟੀਜ਼ਨਸ਼ਿਪ ਤੁਸੀਂ ਨਹੀਂ ਲਿੱਤੀ ਤਾਂ ਸਿਟੀਜ਼ਨਸ਼ਿਪ ਕਿਵੇਂ ਲੈ ਸਕਦੇ ਹੋ, ਇਹ ਸਾਰੇ ਸਵਾਲਾਂ ਦੇ ਜਵਾਬ ਲਵਾਂਗੇ। ਸਾਡੇ ਨਾਲ ਖੁਦ ਆਪ ਮੌਜੂਦ ਨੇ ਇਸ ਪ੍ਰੋਗਰਾਮ ਦੇ ਤਹਿਤ ਅਟਰਨੀ ਜਸਪ੍ਰੀਤ ਸਿੰਘ, ਉਹਨਾਂ ਦਾ ਅਸੀਂ ਨਿੱਘਾ ਸਵਾਗਤ ਕਰਦੇ ਹਾਂ, ਵੈਲਕਮ ਕਰਦੇ ਹਾਂ, ਜੀ ਆਇਆਂ ਨੂੰ ਕਰਦੇ ਹਾਂ। ਅਟਰਨੀ ਜਸਪ੍ਰੀਤ ਸਿੰਘ ਜੀ, ਤੁਹਾਡਾ ਸਵਾਗਤ ਹੈ, ਐਂਡ ਮੈਂ ਸ਼ੁਰੂਆਤ ਕਰਨਾ ਚਾਹਾਂਗਾ ਕਿ ਕੁਝ ਮਸਲੇ ਸਾਹਮਣੇ ਆ ਰਹੇ ਹਨ ਵੈਨ ਇਟ ਕਮਸ ਟੂ ਇਮੀਗ੍ਰੇਸ਼ਨ। ਹਾਂਜੀ, ਇੱਕ ਤਾਂ ਪਹਿਲਾਂ ਇਹ ਜਾਣਕਾਰੀ ਦੇ ਦਈਏ ਵੀ ਜਿਹੜੀਆਂ ਇਮੀਗ੍ਰੇਸ਼ਨ ਕੋਰਟਸ ਨੇ ਉਹਨਾਂ ਦੀਆਂ ਜਿੰਨੀਆਂ ਵੀ ਨੌਨ ਡਿਟੇਨਡ ਹੀਅਰਿੰਗਸ ਨੇ ਵੀ ਜਿਹੜੇ ਬੰਦੇ ਜੇਲ੍ਹਾਂ 'ਚ ਨਹੀਂ ਆ ਬਾਹਰ ਆ ਤੇ ਉਹ ਸਾਰੀਆਂ ਜਿਹੜੀਆਂ ਪੋਸਟਪੋਨ ਹੋ ਗਈਆਂ ਹੈਗੀਆਂ 29 ਜੂਨ ਤੱਕ। ਹੁਣ 29 ਜੂਨ ਨੂੰ ਕਿਹੜੀ ਕਿਹੜੀ ਕੋਰਟ ਖੁੱਲਦੀ ਆ ਤੇ ਉਹਦਾ ਉਹ ਜਿਵੇਂ ਅਗਲੇ ਹਫ਼ਤੇ 10 ਦਿਨ ਤੱਕ ਪਤਾ ਲੱਗ ਜਾਏਗਾ ਕਿ ਸਾਰੀਆਂ ਖੁੱਲਦੀਆਂ ਨੇ ਕਿ ਕੁਛ ਲਿਮਿਟਡ ਖੁੱਲਦੀਆਂ, ਪਰ ਅਜੇ ਤੱਕ ਉਹਨਾਂ ਨੇ ਇਹੀ ਕਿਹਾ ਕਿ ਬੋਸਟਨ ਵਾਲੀ ਕੋਰਟ ਖੁੱਲੇਗੀ ਜਾਂ 2-4 ਹੋਰ ਖੁੱਲਣਗੀਆਂ ਕੋਰਟਾਂ, ਪਰ ਅਜੇ ਪੂਰਾ ਖੁਲਾਸਾ ਨਹੀਂ। ਇਨ ਦ ਕਮਿੰਗ ਡੇਜ਼ ਵੀਲ ਨੋ ਕਿ ਕਿਹੜੀ ਕਿਹੜੀ ਕੋਰਟ ਖੁੱਲਦੀ ਆ। ਹੁਣ ਜਿਨ੍ਹਾਂ ਦੀਆਂ ਡੇਟਾਂ ਹੈਗੀਆਂ 29 ਜੂਨ, ਜਿਵੇਂ ਹੁਣ 26 ਜੂਨ ਤੱਕ ਕਹਿ ਲਓ ਫਰਾਈਡੇ ਤੱਕ, ਤੇ ਉਹ ਸਾਰਿਆਂ ਨੂੰ ਜਿਹੜੇ ਨਵੇਂ ਹੀਅਰਿੰਗ ਨੋਟਿਸਿਸ ਨੇ ਉਹ ਮੇਲ 'ਚ ਆਉਣਗੇ, ਉਹਨਾਂ ਦੇ ਵਕੀਲਾਂ ਨੂੰ ਆਉਣਗੇ ਜਾਂ ਉਹਨਾਂ ਨੂੰ ਆਉਣਗੇ। ਸੋ ਇਸ ਕਰਕੇ ਉਹਨਾਂ ਨੂੰ ਉਹਦੇ ਬਾਰੇ ਬਰੀ ਕਰਨ ਦੀ ਲੋੜ ਨਹੀਂ। ਜੇ ਕਿਸੇ ਦਾ ਕਲੋਕ ਵਗੈਰਾ ਵੀ ਮਤਲਬ ਚੱਲਦਾ ਇਹਦੇ ਕਰਕੇ ਨਹੀਂ ਰੁਕੇਗਾ, ਉਹ ਉਸੇ ਤਰ੍ਹਾਂ ਹੀ ਚੱਲਦਾ ਰਹੇਗਾ। ਤੇ ਦੂਸਰਾ ਜਿਹੜਾ USCIS ਆ ਉਹਨਾਂ ਦੇ ਆਫਿਸ 4 ਤਰੀਕ ਤੋਂ ਖੁੱਲੇ ਆ, ਪਰ ਉਹ ਅਜੇ ਜਿਹੜੀਆਂ ਇੰਟਰਵਿਊਜ਼ ਨੇ ਉਹ ਮਤਲਬ ਸਕੈਡੂਲ ਕਰਨ ਲੱਗਣਗੇ ਕਿਉਂਕਿ ਉਹ ਆਪਣੇ ਨਵੇਂ ਪ੍ਰੋਸੀਜਰ ਬਣਾ ਰਹੇ ਨੇ। ਤੇ ਨਵੇਂ ਪ੍ਰੋਸੀਜਰਾਂ ਦੇ ਤਹਿਤ ਉਹਨਾਂ ਦੀ ਇਹ ਵੀ ਹੈਗੀ ਇੱਕ ਤਾਂ ਮਤਲਬ ਸੋਸ਼ਲ ਡਿਸਟੈਂਸਿੰਗ ਕਰਕੇ ਵੀ ਜਿਹੜਾ ਵੇਟਿੰਗ ਏਰੀਆ ਹੈਗਾ ਉਹਨੂੰ ਵੀ ਉਹ ਥੋੜ੍ਹਾ ਰੀਡਿਜ਼ਾਈਨ ਕਰਨਗੇ ਵੀ ਜ਼ਿਆਦਾ ਬੰਦੇ ਇਕੱਠੇ ਨਾ ਬੈਠ ਸਕਣ। ਕੁਛ ਇਹ ਵੀ ਸੁਣਨ 'ਚ ਆਇਆ ਕਿ ਉਹ ਕਰ ਰਹੇ ਆ ਕਿ ਜਿਹੜੀ ਇੰਟਰਵਿਊ ਆ ਉਹ ਜਿਹੜਾ ਆਫਿਸਰ ਲਊਗਾ ਉਹ ਹੋਰ ਕਮਰੇ 'ਚ ਹੋਵੇ ਅਤੇ ਜਿਹੜਾ ਇੰਟਰਵਿਊ ਦੇਣ ਵਾਲਾ ਐਪਲੀਕੈਂਟ ਆ ਉਹ ਹੋਰ ਕਮਰੇ 'ਚ ਹੋਵੇ, ਵੀ ਉਸੇ ਬਿਲਡਿੰਗ 'ਚ ਜਿਹੜੀ ਵੀਡੀਓ ਕਾਲ 'ਤੇ ਇੰਟਰਵਿਊ ਹੋ ਜਾਵੇ ਅਤੇ ਉਹਨਾਂ ਦਾ ਆਹਮੋ ਸਾਹਮਣਾ ਜਿਹੜਾ ਹੈਗਾ ਇੱਕ ਦੂਜੇ ਨਾਲ ਨਾ ਹੋਵੇ, ਕਿਉਂਕਿ ਕਈ ਜਿਹੜੇ ਆਫਿਸਰਸ ਨੇ ਉਹ ਵੀ ਵਿਚਾਰੇ ਮਤਲਬ ਕੋਵਿਡ ਕਰਕੇ ਉਹਨਾਂ ਦੇ ਮਨ ਦੇ ਵਿੱਚ ਵੀ ਇਹ ਜੋ ਹੈ ਡਰ ਹੈਗਾ ਵੀ ਜਦੋਂ ਅਸੀਂ ਬਿਲਕੁਲ ਹੀ ਨੇੜੇ ਹੋ ਕੇ ਇੰਟਰਵਿਊ 4 ਘੰਟੇ ਕਿਸੇ ਨਾਲ ਕਰਦੇ ਹਾਂ ਕੋਈ ਹੋਵੇ ਤਾਂ ਇਹ ਨਾ ਹੋਵੇ ਵੀ ਉਹਦੇ ਕਰਕੇ ਉਹਨਾਂ ਨੂੰ ਹੋ ਜਾਵੇ, ਤੇ ਉਹ ਵੀ ਇੱਕ ਮਤਲਬ ਪੋਸੀਬਿਲਿਟੀ ਹੈਗੀ ਆ। ਤੇ ਉਹ ਹੁਣ ਪਤਾ ਲੱਗੇਗਾ ਇਨ ਦਾ ਕਮਿੰਗ ਵੀਕਸ ਕਿ ਇਮੀਗ੍ਰੇਸ਼ਨ ਕਿਸ ਤਰ੍ਹਾਂ ਇੰਟਰਵਿਊ ਸਕੈਡੂਲ ਕਰਦੀ ਆ। ਤੇ ਬਾਕੀ ਜਿਹੜੇ ਇਸ਼ੂਜ਼ ਨੇ ਹੁਣ ਜਿਹੜਾ ਆਪਾਂ ਮਤਲਬ ਗੱਲ ਕਰ ਲਈਏ ਜਿਹੜੇ ਨੌਨ ਇਮੀਗ੍ਰੈਂਟ ਵੀਜ਼ੇ ਆ, ਜਿਸ ਤਰ੍ਹਾਂ ਹੁਣ H1 ਹੋ ਗਿਆ, L1 ਹੋ ਗਿਆ ਜਾਂ F1 ਹੋ ਗਿਆ ਸਟੂਡੈਂਟ ਵੀਜ਼ਾ, ਇਹ ਜਦੋਂ ਪ੍ਰੈਜੀਡੈਂਟ ਟਰੰਪ ਨੇ ਲਗਾਇਆ ਸੀਗਾ ਇਮੀਗ੍ਰੇਸ਼ਨ ਦਾ ਜਿਹੜਾ ਬੈਨ ਆ ਉਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਨੌਨ ਇਮੀਗ੍ਰੈਂਟ ਵੀਜ਼ੇ ਆ ਇਹਨਾਂ ਬਾਰੇ ਮੈਂ ਇਨ ਦਾ ਕਮਿੰਗ ਮੰਥ ਜਿਵੇਂ ਆਹ ਮਹੀਨੇ ਜੂਨ ਦੇ ਐਂਡ ਤੱਕ ਇਹ 'ਚ ਅਸੀਂ ਰੂਲ ਬਣਾਵਾਂਗੇ ਕਿ ਕਿਹਨੂੰ ਇਹ ਮਿਲ ਸਕਦਾ ਕਿਹਨੂੰ ਨਹੀਂ ਮਿਲ ਸਕਦਾ। ਪਰ ਇਹਨਾਂ 'ਚੋਂ ਵੀ ਜੇ ਕਿਸੇ ਨੂੰ ਆਲਰੇਡੀ ਵੀਜ਼ਾ ਲੱਗਿਆ ਹੋਇਆ ਹੈ, ਜਿਵੇਂ ਕਿਸੇ ਨੂੰ ਆਲਰੇਡੀ ਸਟੂਡੈਂਟ ਵੀਜ਼ਾ ਇਸ਼ੂ ਹੋ ਗਿਆ ਜਾਂ ਵਿਜ਼ਟਰ ਪਰ ਉਹ ਆ ਨਹੀਂ ਸਕਿਆ ਕਿਉਂਕਿ ਉੱਥੇ ਲੋਕਡਾਊਨ ਹੋ ਗਿਆ, ਉਹ ਆ ਸਕਦਾ, ਉਹਨੂੰ ਕੋਈ ਪ੍ਰੋਬਲਮ ਨਹੀਂ। ਹੁਣ ਜਿਹੜਾ ਸੁਣਨ ਦੇ ਵਿੱਚ ਆਇਆ ਉਹ ਇਹ ਸੀਗਾ ਅੱਜ ਤੋਂ 2 ਕੁ ਵੀਕ ਪਹਿਲਾਂ ਕਿ ਇਹ ਜਿਹੜਾ OPT ਪ੍ਰੋਗਰਾਮ ਹੈਗਾ F1 ਲਈ ਸਟੂਡੈਂਟ ਵੀਜ਼ੇ ਵਾਲਿਆਂ ਵਾਸਤੇ ਕਿ ਉਹ ਜਦੋਂ OPT ਦੇ ਅੰਡਰ ਆਪਣਾ ਕੰਮ ਕਰ ਸਕਦੇ ਉਹਨਾਂ ਨੂੰ ਵਰਕ ਪਰਮਿਟ ਮਿਲ ਜਾਂਦਾ, ਉਹਨੂੰ ਇਹਨਾਂ ਦੀ ਕੋਸ਼ਿਸ਼ ਹੈਗੀ ਆ ਵੀ ਕਿਸੇ ਤਰ੍ਹਾਂ ਰੋਕਿਆ ਜਾਵੇ। ਤੇ H1 ਦਾ ਵੀ ਇਹ ਪਿਕ ਐਂਡ ਚੂਜ਼ ਕਰ ਸਕਦੇ ਆ ਵੀ ਕਿਹੜੀ ਜਿਹੜੀ ਅਮਰੀਕਾ ਦੇ ਵਿੱਚ ਇੰਡਸਟਰੀ ਨੂੰ ਲੋੜ ਹੈਗੀ ਜ਼ਿਆਦਾ ਵੀ ਉਹਨਾਂ ਨੂੰ H1 ਦਈਏ ਦੂਜਿਆਂ ਨੂੰ ਨਾ ਦਈਏ, ਇੱਦਾਂ ਦਾ ਕੁਛ ਹੋ ਸਕਦਾ। ਪਰ ਜਿਹੜਾ ਆਹ ਹੁਣ ਇੱਥੇ ਹੋਇਆ ਹੈਗਾ ਸੋਸ਼ਲ ਅਨਰੈਸਟ ਕਿ ਜਿਹੜੀਆਂ ਆਪਣੀਆਂ ਹੋ ਰਹੀਆਂ ਪ੍ਰੋਟੈਸਟ ਵਗੈਰਾ ਉਹਦੇ ਕਰਕੇ ਅਜੇ ਐਡਮਿਨਿਸਟ੍ਰੇਸ਼ਨ ਦਾ ਧਿਆਨ ਉਹ ਮਤਲਬ ਇਸ ਪਾਸੇ ਨਹੀਂ ਤੇ
ਉਹਦੇ ਵੱਲ ਹੈ ਤੇ ਉਹਨਾਂ ਨੇ ਅਜੇ ਤੱਕ ਕੋਈ ਡਿਸੀਜਨ ਨਹੀਂ ਲਿਆ ਪਰ ਸਾਨੂੰ ਉਮੀਦ ਆ ਵੀ ਅਗਲੇ ਹਫ਼ਤਿਆਂ 10 ਦਿਨ ਦੇ ਵਿੱਚ ਇਹਦੇ ਬਾਰੇ ਡਿਸੀਜਨ ਹੋਏਗਾ ਤੇ ਇੱਕ ਗੱਲ ਹੋਰ ਆ ਹਰਕੀਰਤ ਜੀ ਕਿ ਜਿਹੜਾ ਇਹ ਬੈਨ ਆ ਇਹ ਵੀ ਮਤਲਬ ਖਤਮ ਹੋਣ ਵਾਲਾ ਛੇਤੀ ਤੇ ਇਸ ਕਰਕੇ ਇਹ ਵੀ ਦੇਖਣ ਵਾਲੀ ਗੱਲ ਹੋਏਗੀ ਕਿ ਕੀ ਉਹਨੂੰ ਇਹ ਜਿਹੜੀ ਐਡਮਿਨਿਸਟ੍ਰੇਸ਼ਨ ਹੈਗੀ ਆ ਪ੍ਰੈਜ਼ੀਡੈਂਟ ਟਰੰਪ ਇਹ ਐਕਸਟੈਂਡ ਕਰਦੇ ਆ ਕਿ ਨਹੀਂ ਤੇ ਇਸ ਕਰਕੇ ਹੋ ਸਕਦਾ ਕਿ ਇਹਨੂੰ ਐਕਸਟੈਂਡ ਕਰਨ ਤੇ ਇਹ ਵੀ ਹੋ ਸਕਦਾ ਕਿ ਜਿਹਨਾਂ ਨੂੰ ਇਹ ਲੱਗੇ ਵੀ ਇਮੀਗ੍ਰੈਂਟਸ ਇਹਦੇ ਜ਼ਿਆਦਾ ਨਾਰਾਜ਼ ਹੋਣਗੇ ਤਾਂ ਨਾ ਐਕਸਟੈਂਡ ਕਰਨ ਤੇ ਇਹਦਾ ਵੀ ਆਪਾਂ ਇਸ ਮਹੀਨੇ ਦੇ ਵਿੱਚ ਇਹ ਪਤਾ ਲੱਗ ਜਾਏਗਾ। ਜਸਪ੍ਰੀਤ ਸਿੰਘ ਜੀ, ਮੋਰ ਦੈਨ 20 ਇਅਰਸ ਹੋ ਗਏ ਤੁਹਾਨੂੰ ਪ੍ਰੈਕਟਿਸ ਕਰਦੇ ਹੋਏ ਜਾਂ ਉਸ ਤੋਂ ਜ਼ਿਆਦਾ ਹੋ ਗਿਆ ਸਮਾਂ, ਔਰ ਕਈ ਸਾਰੇ ਪ੍ਰੈਜ਼ੀਡੈਂਟ ਤੁਸੀਂ ਆਉਂਦੇ ਹੋ ਔਰ ਜਾਉਂਦੇ ਹੋਏ ਵੇਖੇ ਆਪਣੇ ਇਸ ਪ੍ਰੈਕਟਿਸ ਦੇ ਦੌਰਾਨ, ਬਟ ਵੈਨ ਇਟ ਕਮਸ ਟੂ ਪ੍ਰੈਜ਼ੈਂਟ ਪ੍ਰੈਜ਼ੀਡੈਂਟ ਡੋਨਲਡ ਟਰੰਪ, ਔਰ ਅਗਰ ਆਪਾਂ ਉਹਨਾਂ ਦੇ ਮਾਈਂਡ ਸੈਟ ਨੂੰ, ਉਹਨਾਂ ਦੇ ਥਾਟ ਪ੍ਰੋਸੈਸ ਨੂੰ ਇਮੀਗ੍ਰੇਸ਼ਨ ਦੇ ਲਿਹਾਜ਼ ਨਾਲ ਸਮਝੀਏ, ਵਟ ਯੂ ਥਿੰਕ ਐਂਡ ਵਟ ਸ਼ੁੱਡ ਵੀ ਡੂ ਇਮੀਡੀਏਟਲੀ? ਇਹ ਇਸ ਤਰ੍ਹਾਂ ਹੈਗਾ ਹਰਕੀਰਤ ਜੀ ਕਿ ਜਦੋਂ ਪ੍ਰੈਜ਼ੀਡੈਂਟ ਟਰੰਪ ਆਪਣੀ ਇਲੈਕਸ਼ਨ ਲੜਦੇ ਸੀ ਪ੍ਰੈਜ਼ੀਡੈਂਟ ਦੀ, ਉਦੋਂ ਇਹਨਾਂ ਦਾ ਜਿਹੜਾ ਇੱਕ ਮੇਨ ਪੋਲ ਦਾ ਮੁੱਦਾ ਸੀ ਉਹ ਸੀਗਾ ਇਮੀਗ੍ਰੇਸ਼ਨ ਤੇ ਰਿਸਟ੍ਰਿਕਸ਼ਨਸ ਲਾਉਣੀਆਂ ਤੇ ਜਿਹੜੀ ਸਦਰਨ ਬਾਰਡਰ ਹੈਗਾ ਮੈਕਸੀਕੋ ਵਾਲਾ ਉੱਥੇ ਜਿਹੜੀ ਹੈਗੀ ਕੰਧ ਬਣਾਉਣੀ ਵਾਲ ਬਣਾਉਣੀ, ਤੇ ਜਿਹੜੀ ਇਹਨਾਂ ਦੀ ਸਪੋਰਟ ਬੇਸ ਹੈ ਜਿਹੜੀ ਇਹਨਾਂ ਦੀ ਆਪਣੀ ਬੇਸ ਆ ਉਹਦੇ ਵਿੱਚ ਵੀ ਜ਼ਿਆਦਾ ਲੋਕ ਉਹ ਨੇ ਜਿਹੜੇ ਇਮੀਗ੍ਰੇਸ਼ਨ ਦੇ ਖਿਲਾਫ ਨੇ ਤੇ ਸ਼ੁਰੂ ਤੋਂ ਹੀ ਜਿਹੜੇ ਇਮੀਗ੍ਰੇਸ਼ਨ ਦੇ ਜਿਹੜੀ ਓਪਨ ਇਮੀਗ੍ਰੇਸ਼ਨ ਦੇ ਖਿਲਾਫ ਨੇ ਜਿਹੜੇ ਕਹਿੰਦੇ ਰਿਸਟ੍ਰਿਕਸ਼ਨ ਹੋਣੀਆਂ ਚਾਹੀਦੀਆਂ, ਉਹਨਾਂ ਦਾ ਇਹ ਮੰਨਣਾ ਵੀ ਜਿਹੜੇ ਹਸਬੈਂਡ ਵਾਈਫ ਨੇ ਯੂਐਸ ਸਿਟੀਜ਼ਨ ਦੇ ਉਹਨਾਂ ਨੂੰ ਤਾਂ ਕਿਸੇ ਤਰੀਕੇ ਨਾਲ ਬੰਦ ਨਹੀਂ ਕੀਤਾ ਜਾ ਸਕਦਾ ਕਿਉਂਕਿ ਸਿਟੀਜ਼ਨ ਦਾ ਕਨਸਟੀਟਿਊਸ਼ਨਲ ਰਾਈਟ ਹੈ ਮੈਰੀ ਕਰਨਾ, ਰਾਈਟ, ਤੇ ਉਹ ਕਿਤੋਂ ਵੀ ਮਤਲਬ ਆਪਣੀ ਵਾਈਫ ਨੂੰ ਲਿਆ ਸਕਦਾ। ਪਰ ਜਿਹੜੇ ਦੂਜੇ ਹੈਗੇ ਆ ਜਿਸ ਤਰ੍ਹਾਂ ਕਿ ਇਹ ਕੈਟਾਗਰੀਜ਼ ਨੇ ਜਿਵੇਂ ਮਤਲਬ ਪੇਰੈਂਟਸ ਹੋ ਗਏ ਯੂਐਸ ਸਿਟੀਜ਼ਨ ਦੇ ਜਾਂ ਉਹਨਾਂ ਦੇ ਜਿਹੜੇ ਮੈਰਿਡ ਬੱਚੇ ਹੋ ਗਏ 21 ਸਾਲ ਤੋਂ ਉੱਪਰ ਜਾਂ ਉਹਨਾਂ ਦੇ ਭੈਣ ਭਰਾ ਹੋ ਗਏ ਜਿਹੜੀ F4 ਕੈਟਾਗਰੀ ਹੈ ਭੈਣਾਂ ਭਰਾਵਾਂ ਦੀ ਸਿਸਟਰ ਆਫ ਯੂਐਸ ਸਿਟੀਜ਼ਨ, ਇਹ ਜਿਹੜੀਆਂ ਕੈਟਾਗਰੀਆਂ ਨੇ ਇਹਨਾਂ ਤੇ ਉਹਨਾਂ ਨੇ ਕਿਹਾ ਵੀ ਹੋਰਾਂ ਮੁਲਕਾਂ ਦੇ ਵਿੱਚ ਨਹੀਂ ਹੈਗੀਆਂ ਜਿਵੇਂ ਇੰਗਲੈਂਡ ਦੇ ਵਿੱਚ ਨਹੀਂ ਹੈਗੀਆਂ ਜਾਂ ਇਹ ਜਿਹੜੀਆਂ ਕੈਟਾਗਰੀਆਂ ਹੈਗੀਆਂ ਹੋਰ ਯੂਰੋਪੀਅਨ ਜਿਹੜੇ ਹੈਗੇ ਕੰਟਰੀਜ਼ ਉਹਨਾਂ 'ਚ ਨਹੀਂ ਤੇ ਇਹਨੂੰ ਬੰਦ ਕੀਤਾ ਜਾਵੇ। ਇਹਦੇ 'ਤੇ ਬੜੀ ਦੇਰ ਦਾ ਮਤਲਬ ਗੱਲਬਾਤ ਚੱਲ ਰਹੀ ਹੈ ਪਰ ਉਹ ਸਿਰੇ ਇਸ ਕਰਕੇ ਨਹੀਂ ਚੜ੍ਹੀ ਕਿਉਂਕਿ ਜਿਹੜਾ ਹਾਊਸ ਹੈ ਉਹਦੇ ਵਿੱਚ ਡੈਮੋਕ੍ਰੈਟਿਕ ਮਤਲਬ ਪਾਰਟੀ ਦੀ ਮੈਜੋਰਿਟੀ ਆ ਤੇ ਸੈਨੇਟ 'ਚ ਰਿਪਬਲਿਕਨ ਆ ਤੇ ਰਿਪਬਲਿਕਨ ਪਾਰਟੀ ਦੇ ਵਿੱਚ ਵੀ ਕੁਛ ਇੱਦਾਂ ਦੇ ਹੈਗੇ ਨੇ ਜਿਹੜੇ ਕਿ ਇਸ ਨੂੰ ਜਿਹੜੀ ਫੈਮਿਲੀ ਬੇਸਡ ਇਮੀਗ੍ਰੇਸ਼ਨ ਨੂੰ ਸਪੋਰਟ ਕਰਦੇ ਆ ਉਹ ਇਹਨੂੰ ਬੰਦ ਨਹੀਂ ਕਰਨਾ ਚਾਹੁੰਦੇ ਕਿਉਂਕਿ ਇਮੀਗ੍ਰੇਸ਼ਨ ਦਾ ਜੇ ਦੇਖਿਆ ਜਾਵੇ ਤਾਂ ਅਮਰੀਕਾ ਨੂੰ ਫਾਇਦਾ ਹੋਇਆ ਜੋ ਅੱਜ ਅਮਰੀਕਾ ਦੇ ਵਿੱਚ ਇੱਥੇ ਜਿੰਨੀ ਪ੍ਰੋਸਪੈਰਿਟੀ ਆ ਜਾਂ ਜਿੰਨੀ ਜੋਬ ਕ੍ਰੀਏਸ਼ਨ ਹੈਗੀ ਇਹਨਾਂ ਦੀ ਇਕਨੋਮੀ ਸਟਰੋਂਗ ਆ ਇਹਦੇ ਵਿੱਚ ਇਮੀਗ੍ਰੇਸ਼ਨ ਦਾ ਬਹੁਤ ਵੱਡਾ ਹੱਥ ਆ ਕਿਉਂਕਿ ਜਿਹੜੇ ਬਾਹਰੋਂ ਆਉਂਦੇ ਨੇ ਉਹ ਇੱਥੇ ਆਪ ਦਾ ਕੰਮ ਕਰਦੇ ਹੀ ਆ ਪਲੱਸ ਜੋਬਸ ਵੀ ਕ੍ਰੀਏਟ ਕਰਦੇ ਆ ਤੇ ਇਹ ਗੱਲ ਸਾਰਿਆਂ ਨੂੰ ਪਤਾ ਵੀ ਜਿੰਨੇ ਬਾਹਰ ਦੇ ਬੰਦੇ ਮਤਲਬ ਜ਼ਿਆਦਾ ਮਿਹਨਤ ਕਰਦੇ ਆ ਜਾਂ ਜ਼ਿਆਦਾ ਜਿਹੜਾ ਹੈਗਾ ਉਹ ਕੰਮ ਕਰਦੇ ਆ ਉਹ ਲੋਕਲ ਬੰਦੇ ਉਸ ਹਿਸਾਬ ਨਾਲ ਉਹਨਾਂ ਨਹੀਂ ਕਰਦੇ ਤੇ ਉਹਦਾ ਇਕਨੋਮੀ ਨੂੰ ਸਰਟਨਲੀ ਫਾਇਦਾ ਜੀ। ਤੇ ਇਸ ਕਰਕੇ ਇਹਨਾਂ ਦੀ ਜਿਹੜੀ ਮਤਲਬ ਇਸ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਸਾਰਾ ਦਾਰਮਦਾਰ ਆ ਉਹ ਇਹ ਆ ਵੀ ਕਿਸੇ ਤਰੀਕੇ ਨਾਲ ਇਮੀਗ੍ਰੇਸ਼ਨ ਨੂੰ ਘੱਟ ਕੀਤਾ ਜਾਵੇ ਜਿੱਥੇ ਵੀ ਪੋਸੀਬਲ ਹੋ ਸਕਦਾ। ਹੁਣ ਆਹ ਵੀ ਜਿਹੜਾ ਇਹਨਾਂ ਨੇ ਇਮੀਗ੍ਰੇਸ਼ਨ ਬੈਨ ਲਾਇਆ ਇਹਦੀ ਕੋਈ ਲੋੜ ਨਹੀਂ ਸੀ ਕਿਉਂਕਿ ਜ਼ਿਆਦਾ ਕੰਟਰੀਆਂ ਦੇ ਵਿੱਚ ਤਾਂ ਵੈਸੇ ਲੋਕਡਾਊਨ ਆ ਸੋ ਇੰਟਰਵਿਊਆਂ ਜਿਹੜੀਆਂ ਇਹ ਕਹਿੰਦੇ ਆ ਵੀ ਨਹੀਂ ਹੋਣਗੀਆਂ ਉਹ ਤਾਂ ਉਹੀ ਨਹੀਂ ਹੋ ਰਹੀਆਂ ਵੈਸੇ ਤੇ ਉਹਦੇ ਇਲਾਵਾ ਇਹਨਾਂ ਨੇ ਸਿਰਫ ਮਤਲਬ ਆਪਣੀ ਬੇਸ ਨੂੰ ਖੁਸ਼ ਕਰਨ ਵਾਸਤੇ ਇਹ ਇੱਦਾਂ ਦੇ ਜਿਹੜੇ ਹੈਗੇ ਆ ਉਹ ਮਤਲਬ ਇਹ ਜਿਹੜਾ ਐਗਜ਼ੈਕਟਿਵ ਬੈਨ ਲਾਇਆ ਤੇ ਇਹ ਕਿਹਾ ਵੀ ਦੇਖੋ ਜੀ ਇਹ ਜਿਹੜੇ ਬੰਦੇ ਆ ਇਹ ਸਾਡੀਆਂ ਜੋਬਸ ਡਿਸਪਲੇਸ ਕਰਨਗੇ ਸਿਟੀਜ਼ਨ ਦੀਆਂ ਇਸ ਕਰਕੇ ਨਾ ਆ ਸਕਣ, ਜਦੋਂ ਕਿ ਜਿਹੜੀ ਹਿਸਟਰੀ ਆ ਜਾਂ ਡਾਟਾ ਉਹ ਇਹ ਸ਼ੋਅ ਕਰਦਾ ਵੀ ਜਿਹੜੇ ਇਮੀਗ੍ਰੈਂਟਸ ਨੇ ਇਹ ਇੱਥੋਂ ਦੇ ਜਿਹੜੇ ਸਿਟੀਜ਼ਨਸ ਨੇ ਉਹਨਾਂ ਦੀ ਜੋਬਸ ਜਿਹੜੀਆਂ ਨੇ ਉਹ ਡਿਸਪਲੇਸ ਨਹੀਂ ਕਰਦੇ ਬਲਕਿ ਜੋਬ ਕ੍ਰੀਏਸ਼ਨ ਦੇ ਵਿੱਚ ਮਤਲਬ ਹੈਲਪ ਕਰਦੇ ਆ, ਰਾਈਟ। ਸੋ ਇਸ ਕਰਕੇ ਉਹ ਵੀ ਮਿਸਪਲੇਸਡ ਸੀਗਾ। ਤੇ ਉਸ ਤੋਂ ਇਲਾਵਾ ਜਿਹੜਾ ਹੁਣ ਜਿਹੜੇ ਨੋਨ ਇਮੀਗ੍ਰੈਂਟ ਵੀਜ਼ਾਸ ਨੇ ਉਹਨਾਂ ਦੇ ਜਿਹੜੀਆਂ ਰਿਸਟ੍ਰਿਕਸ਼ਨਾਂ ਲਾਉਣ ਬਾਰੇ ਸੋਚ ਰਹੇ ਨੇ ਇਹਦਾ ਵੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਮਤਲਬ ਪਤਾ ਲੱਗੇਗਾ ਕਿ ਕੀ ਕਰਦੇ ਆ, ਪਰ ਉਹਦਾ ਵੀ ਜਿਹੜੀ ਹੈਗੀ ਆ ਇਕਨੋਮੀ ਤੇ ਅਸਰ ਪੈ ਸਕਦਾ। ਬਿਲਕੁਲ, ਆਈ ਥਿੰਕ ਅਗਰ ਸਭ ਤੋਂ ਜ਼ਿਆਦਾ ਕੰਟਰੀ ਨੂੰ ਫਾਇਦਾ ਪਹੁੰਚਿਆ ਤਾਂ ਮੈਂ ਇਸ ਗੱਲ ਨੂੰ ਜ਼ਰੂਰ ਕਹਾਂਗਾ ਇਮੀਗ੍ਰੇਸ਼ਨ ਦੇ ਲਿਹਾਜ਼ ਨਾਲ ਜਿੰਨੇ ਵੀ ਨੋਨ ਇਮੀਗ੍ਰੈਂਟ ਵੀਜ਼ਾਜ਼ ਜਿਨ੍ਹਾਂ ਨੇ ਵੀ ਪ੍ਰੋਵਾਈਡ ਕੀਤੇ ਆ ਉਸ ਲਿਹਾਜ਼ ਨਾਲ ਔਰ ਇਸ ਕੰਟਰੀ ਦੇ ਵਿੱਚ ਪਹੁੰਚੇ ਨੇ ਤਾਂ ਆਈ ਥਿੰਕ ਭਾਵੇਂ ਉਹ ਰੈਵਨਿਊ ਦੀ ਗੱਲ ਹੋਏ ਔਰ ਬਿਲਡਿੰਗ ਅਮੈਰੀਕਾ ਦਾ ਜਿਹੜਾ ਨਾਰਾ ਹੈਗਾ ਉਹਦੀ ਗੱਲ ਹੋਵੇ ਸੋ ਉਸ ਦੇ ਵਿੱਚ ਬਹੁਤ ਅਹਿਮ ਯੋਗਦਾਨ ਰਿਹਾ ਨੋਨ ਇਮੀਗ੍ਰੈਂਟ ਵਰਕਰਸ ਦਾ। ਐਂਡ ਜਸਪ੍ਰੀਤ ਜੀ, ਤੁਹਾਡੇ ਤੋਂ ਇੱਕ ਗੱਲ ਹੋਰ ਵੀ ਮੈਂ ਬੇਹੱਦ ਜ਼ਰੂਰੀ ਜਾਣਨਾ ਚਾਹਾਂਗਾ। ਇਸ ਟਾਈਮ ਸਭ ਤੋਂ ਵੱਡੀ ਅਗਰ ਕੋਈ ਇਮੀਗ੍ਰੇਸ਼ਨ ਦੇ ਵਿੱਚ ਮਸਲਾ ਚੱਲ ਰਿਹਾ
ਉਹ ਚੱਲ ਰਿਹਾ ਕਿ ਜਿਹੜੇ ਅਸਾਈਲਮ ਸੀਕਰ ਜਿਹੜੇ ਬਾਰਡਰ ਟੱਪ ਕੇ ਹਾਲ ਫਿਲਹਾਲ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਨੇ ਔਰ ਕੋਰਟ ਬੰਦ ਨੇ, ਸੁਣਵਾਈਆਂ ਹੋ ਨਹੀਂ ਰਹੀਆਂ ਔਰ ਕਈ ਸਾਰੇ ਜਿਹੜੇ ਸਾਡੇ ਪੰਜਾਬੀ ਭਰਾ ਨੇ ਜੋ ਕਿ ਇਸ ਟਾਈਮ ਜੇਲ੍ਹਾਂ ਦੇ ਵਿੱਚ ਨੇ, ਉਹਨਾਂ ਨੂੰ ਕਿਵੇਂ ਬਾਹਰ ਲਿਜਾ ਸਕਦਾ? ਕੋਈ ਅਪੀਲ, ਕੋਈ ਸਪੈਸ਼ਲ ਲੀਗਲ ਰਾਈਟਸ ਨੇ ਵੇਅਰ ਵੀ ਕੈਨ ਗੋ ਐਂਡ ਗੈਟ ਦਮ ਆਊਟ ਫਰੋਮ ਦਾ ਜੇਲ੍ਹ? ਇਸ ਤਰ੍ਹਾਂ ਹਰਕੀਰਤ ਜੀ, ਵੀ ਜਿਹੜੀਆਂ ਡਿਟੈਂਸ਼ਨ ਕੇਸਾਂ ਦੀਆਂ ਹੀਅਰਿੰਗਸ ਨੇ ਉਹ ਹੋ ਰਹੀਆਂ ਨੇ। ਓਕੇ, ਇਹ ਜਿਹੜੀਆਂ ਹੀਅਰਿੰਗਸ ਪੋਸਟਪੋਨ ਹੋਈਆਂ ਜਾਂ ਹੁੰਦੀਆਂ ਰਹੀਆਂ, ਜਿਵੇਂ ਪਹਿਲਾਂ ਇਹਨਾਂ ਨੇ ਮਈ 'ਚ ਕਰਤਾ, ਫਿਰ ਜੂਨ 'ਚ ਅਤੇ ਹੁਣ ਜੂਨ 29 ਤੱਕ, ਇਹ ਸਿਰਫ ਨੋਨ ਡਿਟੇਨਡ ਕੇਸਾਂ ਦੀਆਂ, ਵੀ ਜਿਹੜੇ ਬੰਦੇ ਬਾਹਰ ਆ। ਠੀਕ ਹੈ, ਡਿਟੇਨਡ ਕੇਸ ਜਿਹੜੇ ਨੇ ਉਹਨਾਂ ਦੀਆਂ ਹੀਅਰਿੰਗਸ ਅੱਜ ਵੀ ਹੋ ਰਹੀਆਂ ਨੇ। ਮੈਂ ਖੁਦ 2-3 ਹੀਅਰਿੰਗਾਂ ਕਰਾਈਆਂ ਇਸ ਮਹੀਨੇ 'ਚ, ਤੇ ਉਹ ਮਤਲਬ ਉਹਨਾਂ ਤੇ ਇਸ ਗੱਲ ਦਾ ਕੋਈ ਜਿਹੜਾ ਅਸਰ ਨਹੀਂ ਹੈਗਾ। ਸਿਰਫ ਇੰਨਾ ਕੁ ਜ਼ਰੂਰ ਹੈਗਾ ਵੀ ਹੁਣ ਉਹ ਟੈਲੀਫੋਨਿਕ ਕਰ ਦਿੰਦੇ ਜਾਂ ਵੀਡੀਓ ਕਾਨਫਰੰਸਿੰਗ ਆ, ਪਰ ਹੀਅਰਿੰਗ ਜੱਜ ਕਰਦੇ ਆ। ਈਵਨ ਬੌਂਡ ਦੀਆਂ ਹੀਅਰਿੰਗਸ ਵੀ ਹੁਣ ਹੋ ਰਹੀਆਂ ਨੇ ਇੱਧਰ। ਲੇਕਿਨ ਜਿਹੜੀ ਜਿਹੜੀ ਪਾਲਿਸੀ ਹੈਗੀ ਆ ਉਹਨਾਂ ਦੀ, ਉਹ ਇਹ ਆ ਬੇਸਿਕਲੀ ਕਿ ਜਦੋਂ ਇੱਥੇ ਹੁੰਦੇ ਸੀ ਪ੍ਰੈਜੀਡੈਂਟ ਓਬਾਮਾ, ਉਹਨਾਂ ਨੇ ਇਹ ਪਾਲਿਸੀ ਬਣਾਈ ਸੀਗੀ ਵੀ ਜਿਹੜਾ ਵੀ ਬੰਦਾ ਇੱਥੇ ਆਉਂਦਾ ਸਦਰਨ ਬਾਰਡਰ ਤੋਂ ਜਾਂ ਈਵਨ ਸਿਆਟਲ ਵੱਲੋਂ ਵੀ ਆਉਂਦਾ, ਉਹਨੂੰ ਇੱਥੇ ਬੌਂਡ 'ਤੇ ਛੱਡਿਆ ਜਾਵੇ ਬਾਹਰ। ਤੇ ਉਦੋਂ ਕਾਫੀ ਬੰਦੇ ਆਏ ਤੇ ਉਹਨਾਂ ਨੂੰ ਇਮੀਗ੍ਰੇਸ਼ਨ ਜੱਜਾਂ ਨੇ ਆਲ ਅਕ੍ਰੋਸ ਦਾ ਕੰਟਰੀ ਬੌਂਡ ਕੀਤੇ, ਤੇ ਇਸ਼ੂ ਹੁੰਦਾ ਸੀ ਉਦੋਂ ਵੀ ਬੌਂਡ ਦੀ ਅਮਾਊਂਟ ਦਾ ਵੀ 5,000 ਹੋਣਾ ਕਿ 10 ਹੋਣਾ ਕਿ 15 ਇਸ ਤਰ੍ਹਾਂ। ਉਦੋਂ ਬਾਅਦ ਜਦੋਂ ਇਹ ਐਡਮਿਨਿਸਟ੍ਰੇਸ਼ਨ ਆਈ, ਇਹਨਾਂ ਨੇ ਪਹਿਲਾਂ ਤਾਂ ਕੋਸ਼ਿਸ਼ ਕੀਤੀ ਕਿ ਇਹਨਾਂ ਦੇ ਬੌਂਡ ਨਾ ਹੋਣ, ਉਹ 'ਚ ਇਹਨਾਂ ਨੇ ਟਰਾਈ ਕੀਤੀ, ਪਰ ਉਹ 'ਚ ਇੰਨੇ ਕਾਮਯਾਬ ਨਹੀਂ ਹੋਏ ਕਿਉਂਕਿ ਫਿਰ ਵੀ ਆਫਟਰ ਆਲ ਇਮੀਗ੍ਰੇਸ਼ਨ ਜੱਜਸ ਜਿਹੜੇ ਨੇ ਉਹ ਕਿਸੇ ਹੱਦ ਤੱਕ ਇੰਡੀਪੈਂਡੈਂਟ ਨੇ, ਤੇ ਉਹਨਾਂ ਨੇ ਬੌਂਡ ਫਿਰ ਵੀ ਕੀਤੇ। ਠੀਕ ਹੈ, ਤੇ ਉਹਨਾਂ ਉੱਤੇ ਸਰਕਟ ਕੋਰਟਾਂ ਨੇ, ਜਿਵੇਂ 9th ਸਰਕਟ ਕੋਰਟ ਕਾਫੀ ਲਿਬਰਲ ਹੈਗੀ ਜਿਹੜੀ ਕੈਲੀਫੋਰਨੀਆ ਦੀ ਆ, ਤੇ ਉਹਦੇ ਕਰਕੇ ਉਹ ਬੌਂਡ ਕਰਦੇ ਰਹੇ। ਫਿਰ ਇਹਨਾਂ ਨੇ ਹੁਣ ਕੀ ਕੀਤਾ ਵੀ ਪਿਛਲੇ ਸਾਲ 1.5 ਸਾਲ ਤੋਂ ਜਿਹੜੇ ਇਮੀਗ੍ਰੈਂਟਸ ਆਉਂਦੇ ਆ ਉਹਨਾਂ ਨੂੰ ਇੱਕ ਪਹਿਲਾਂ ਕ੍ਰੈਡੀਬਲ ਫੇਅਰ ਹੀਅਰਿੰਗ ਵਿੱਚੋਂ ਲੰਘਣਾ ਪੈਂਦਾ। ਉਹ ਹੀਅਰਿੰਗ ਜਿਹੜੀ ਮਤਲਬ ਜਾਂ ਤਾਂ ਬਾਰਡਰ ਤੇ ਹੁੰਦੀ ਆ, ਜਾਂ ਜਿਹੜੇ ਕੈਂਪ ਜਾਂਦੇ ਆ ਉੱਥੇ ਹੁੰਦੀ ਆ, ਉਹ ਆਈਸ ਦਾ ਆਫਿਸਰ ਕਰਦਾ ਜਾਂ ਸੈਲਮ ਆਫਿਸਰ ਜਾਏ ਕਰਦਾ ਜੇਲ੍ਹ 'ਚ। ਠੀਕ ਹੈ, ਪ੍ਰੈਜੀਡੈਂਟ ਓਬਾਮਾ ਵੇਲੇ 99% ਬੰਦੇ ਕ੍ਰੈਡੀਬਲ ਫੇਅਰ ਹੀਅਰਿੰਗ ਦੇ ਵਿੱਚ ਪਾਸ ਹੋ ਜਾਂਦੇ ਸੀ, ਤੇ ਜਦੋਂ ਕ੍ਰੈਡੀਬਲ ਫੇਅਰ ਹੀਅਰਿੰਗ 'ਚ ਪਾਸ ਹੋ ਜਾਂਦੇ ਆ, ਉਹਦਾ ਮਤਲਬ ਇਹ ਹੁੰਦਾ ਵੀ ਜਿਹੜਾ ਸੈਲਮ ਅਫਸਰ ਆ ਉਹ ਇਹ ਕਹਿ ਰਿਹਾ ਕਿ ਇਹਦਾ ਕੇਸ ਫਿੱਟ ਹੈਗਾ ਇਮੀਗ੍ਰੇਸ਼ਨ ਜੱਜ ਕੋਲ ਜਾਣ ਲਈ, ਤੇ ਜਿਹੜੇ ਸੈਲਮ ਦੇ ਗਰਾਊਂਡਸ ਨੇ ਉਹਨਾਂ ਦੇ ਵਿੱਚ ਆਉਂਦਾ। ਤੇ ਉਦੋਂ ਬਾਅਦ ਇਮੀਗ੍ਰੇਸ਼ਨ ਜੱਜ ਕੋਲ ਕੇਸ ਅੱਗੇ ਰੈਫਰ ਹੁੰਦਾ ਸੀ, ਉੱਥੇ ਪਹਿਲਾਂ ਬੌਂਡ ਦੀ ਐਪਲੀਕੇਸ਼ਨ ਲੱਗਦੀ ਸੀ, ਤੇ ਜੇ ਕੋਈ ਬੌਂਡ 'ਤੇ ਆ ਗਿਆ ਠੀਕ ਹੈ, ਨਹੀਂ ਆ ਸਕਿਆ ਤਾਂ ਅੰਦਰ ਕੇਸ ਲੜਨਾ ਪੈਂਦਾ ਸੀ। ਹੁਣ ਜਿਹੜਾ ਹੈ ਉਹ ਇਹ ਆ ਕਿ ਇਹ ਜਿਹੜੀ ਪਹਿਲੀ ਕ੍ਰੈਡੀਬਲ ਫੇਅਰ ਇੰਟਰਵਿਊ ਆ ਉਹਦੇ ਵਿੱਚ 90% ਤੋਂ ਉੱਪਰ ਬੰਦਿਆਂ ਨੂੰ ਫੇਲ ਕਰਦੇ ਆ। ਇਸ ਕ੍ਰੈਡੀਬਲ ਫੇਅਰ ਇੰਟਰਵਿਊ ਦਾ ਜਿਹੜੀ ਹੈਗੀ ਆ, ਅੱਜ ਤੋਂ 3-4 ਸਾਲ ਪਹਿਲਾਂ ਲੋਕਾਂ ਨੂੰ ਪਤਾ ਵੀ ਨਹੀਂ ਸੀ ਵੀ ਇਹ ਵੀ ਹੁੰਦੀ ਆ ਕੋਈ। ਬਿਲਕੁਲ, ਤੇ ਇਹਦੇ 'ਚ ਇਹਨਾਂ ਨੇ ਜਦੋਂ ਫੇਲ ਕਰ ਦਿੰਦੇ ਆ ਤਾਂ ਉਦੋਂ ਬਾਅਦ ਉਹਦੇ ਕੋਲ ਇੱਕ ਰਾਈਟ ਹੁੰਦਾ ਇਮੀਗ੍ਰੇਸ਼ਨ ਜੱਜ ਕੋਲ ਉਸ ਗੱਲ ਨੂੰ ਰਿਵਿਊ ਕਰਾਉਣ ਦਾ। ਠੀਕ ਹੈ, ਉਹ ਕਹਿੰਦਾ ਜੀ ਮੈਂ ਇਮੀਗ੍ਰੇਸ਼ਨ ਜੱਜ ਕੋਲ ਜਾਣਾ, ਤੇ ਇਮੀਗ੍ਰੇਸ਼ਨ ਜੱਜ ਜਿਹੜੇ ਹੈਗੇ ਡਿਟੈਂਸ਼ਨ ਸੈਂਟਰ ਵਾਲੇ, ਉਹ ਵੀ 90% ਉਹਨਾਂ ਵਿੱਚੋਂ ਕੇਸਾਂ ਦੇ ਵਿੱਚ ਇਹੀ ਕਹਿੰਦੇ ਵੀ ਜੋ ਸੈਲਮ ਆਫਿਸਰ ਦਾ ਫੈਸਲਾ ਉਹ ਠੀਕ ਹੈ ਤੇ ਇਹ ਬੰਦਾ ਕ੍ਰੈਡੀਬਲ ਨਹੀਂ। ਠੀਕ, ਹੁਣ ਜੇ ਉਹਦਾ ਕੇਸ ਸੈਲਮ ਆਫਿਸਰ ਨੇ ਵੀ ਫੇਰ ਕਈ ਸਾਰੀ ਦਲੀਲਾਂ ਜਿਹੜੀਆਂ ਵਕੀਲ ਸਾਹਿਬ ਉਹ ਸੁਣਨ ਨੂੰ ਮਿਲਦੀਆਂ, ਉਹਨਾਂ ਵਿੱਚੋਂ ਇੱਕ ਦਲੀਲ ਹੈਗੀ ਹੈ। ਵਕੀਲ ਸਾਹਿਬ, ਇੱਕ ਬ੍ਰੇਕ ਲਈ ਸਾਨੂੰ ਇੱਥੇ ਰੁਕਣਾ ਪੈ ਰਿਹਾ, ਜਦ ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ। ਸਭ ਤੋਂ ਵੱਡਾ ਮਸਲਾ ਇਸ ਤੋਂ ਇਲਾਵਾ ਜਿਹੜਾ ਬਣਿਆ ਹੋਇਆ ਉਹ H1B ਔਰ ਜਿਹੜਾ ਤੁਸੀਂ B1 B2 ਵੀਜ਼ਾ 'ਤੇ ਅਗਰ ਇਸ ਕੰਟਰੀ 'ਚ ਆਏ ਹੋਏ ਹੋ, ਆਪਣੇ ਵੀਜ਼ੇ ਨੂੰ ਐਕਸਟੈਂਡ ਕਰਾਓ, ਵੀਜ਼ਾ ਖਰਾਬ ਨਾ ਕਰਿਓ। 10 ਸਾਲ ਦਾ ਤੁਹਾਡਾ ਵੀਜ਼ਾ ਹੁੰਦਾ ਔਰ ਕਿਵੇਂ ਤੁਸੀਂ ਉਹਨੂੰ ਐਕਸਟੈਂਡ ਕਰਾ ਸਕਦੇ ਹੋ, ਕੀ ਉਹਦੇ ਲਈ ਤੁਹਾਡੇ ਲੀਗਲ ਰਾਈਟਸ ਨੇ ਵੈਨ ਇਟ ਕਮਸ ਟੂ ਇਮੀਗ੍ਰੇਸ਼ਨ, ਲਾਅ ਗਾਈਡ ਇਸ ਪ੍ਰੋਗਰਾਮ ਦੇ ਤਹਿਤ ਜਾਣਨ ਦੀ ਕੋਸ਼ਿਸ਼ ਕਰਾਂਗੇ। ਅਟਾਰਨੀ ਜਸਪ੍ਰੀਤ ਸਿੰਘ ਹੋਰਾ ਕਰੋ ਇਸ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਵਾਗਤ ਹੈ ਲਾਅ ਗਾਈਡ ਵਿਦ ਅਟਾਰਨੀ ਜਸਪ੍ਰੀਤ ਸਿੰਘ ਹੋਰਾਂ ਦੇ ਨਾਲ। ਕਾਲਰ ਸਾਡੇ ਨਾਲ ਕਾਫੀ ਸਾਰੇ ਜੁੜੇ ਹੋਏ ਨੇ, ਕਾਲਰਸ ਦੇ ਵੀ ਆਪਾਂ ਸਵਾਲ ਲੈ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ ਹੋ? ਮੈਂ ਜੀ ਆਪਣੇ ਜੁਆ ਸਿਟੀ ਤੋਂ ਬੋਲ ਰਹੀ ਹਾਂ, ਕੈਲੀਫੋਰਨੀਆ ਸਟੇਟ ਤੋਂ। ਜੀ ਕੀ ਸਵਾਲ ਹੈ ਤੁਹਾਡਾ? ਸਵਾਲ ਇਹ ਹੈ ਵੀ ਮੇਰੀ ਲੜਕੀ ਵਿਆਹੀ ਆ, 2 ਬੱਚੇ ਆ, ਤੇ ਮੈਂ ਪਟੀਸ਼ਨ ਸਿਟੀਜ਼ਨ ਬਣ ਕੇ ਪਟੀਸ਼ਨ ਕੀਤੀ ਸੀ ਅਕਤੂਬਰ 3, 2011 ਨੂੰ। ਠੀਕ ਹੈ ਜੀ, ਤੋ ਕਿੰਨਾ ਟਾਈਮ ਲੱਗਣਾ, ਕੈਸਾ ਲੱਗੂਗੇ? ਤੇ ਦੂਜਾ ਸਵਾਲ ਮੇਰਾ ਇਹ ਆ, ਓਕੇ, ਜਿੱਦਾਂ ਉਹ ਕੁੜੀ ਨੂੰ ਜਦ ਆਉਣਾ, ਅਸੀਂ ਕੰਮ ਨੀ ਕਰਦੇ, ਸਾਨੂੰ ਸੋਸ਼ਲ ਸਿਕਿਉਰਿਟੀ ਮਿਲਦੀ ਆ, ਘਰ ਸਾਡੇ ਕੋਲ ਆ, ਘਰ ਹੈਗਾ, ਜਾਂ ਸਪੌਂਸਰ ਕਰਨਾ ਉਹਦੇ ਬਾਰੇ, ਫਿਰ ਹੁਣ ਲੋਕ ਦਿੰਦੇ ਨੀ, ਪੇਪਰ ਨੀ ਦਿੰਦੇ ਨਾ ਆਪਣੇ ਟੈਕਸ ਦੇ, ਜਿਹੜੀ ਕੈਟਾਗਰੀ ਹੈਗੀ ਆ, ਜਿਵੇਂ ਮੈਰਿਡ ਚਿਲਡਰਨ ਆਫ ਯੂ ਐਸ ਸਿਟੀਜ਼ਨ ਉਹਦੀ ਗੱਲ ਕਰਦੇ ਆ,
ਇਸ ਕੈਟਾਗਰੀ ਦੇ ਵਿੱਚ ਅਜੇ ਟਾਈਮ ਲੱਗੇਗਾ ਕਿਉਂਕਿ ਇਹਨਾਂ ਨੂੰ ਅਜੇ 2011 ਚ ਕਹਿੰਦੇ ਘੱਟੋ ਘੱਟ 3-4 ਸਾਲ ਹੋਰ ਲੱਗ ਜਾਣਗੇ ਪਲੱਸ ਇਹ ਉਹ ਕੈਟਾਗਰੀ ਹੈ ਜਿਹੜੀ ਪ੍ਰੈਜ਼ੀਡੈਂਟ ਟਰੰਪ ਦੇ ਇਮੀਗ੍ਰੇਸ਼ਨ ਬੈਨ ਦੇ ਅੰਡਰ ਆਉਂਦੀ ਹੈ ਸੋ ਉਹਦੇ ਕਰਕੇ ਉਹਦੀ ਜਿਹੜੀ ਪ੍ਰੋਸੈਸਿੰਗ ਹੈਗੀ ਆ ਜਿਹੜੀ ਇੰਟਰਵਿਊ ਵਗੈਰਾ ਦੀ ਉਹ ਵੈਸੇ ਰੁਕੀ ਆ ਤਾਂ ਇਹ ਵੀ ਇੱਥੇ ਡਿਪੈਂਡ ਕਰੇਗਾ ਕਿ ਬੈਨ ਕਿੰਨੀ ਦੇਰ ਕੰਟੀਨਿਊ ਕਰਦਾ ਰਾਈਟ ਤੋ ਜੇ ਤਾਂ ਇਹ ਬੈਨ ਕੰਟੀਨਿਊ ਕੀਤਾ ਹੋਰ 4-5 ਮਹੀਨੇ ਤਾਂ ਉਹਦਾ ਅਸਰ ਪਏਗਾ ਜੇ ਨਾ ਕੰਟੀਨਿਊ ਕੀਤਾ ਤਾਂ ਉਹਦਾ ਥੋੜ੍ਹਾ ਜਿਹਾ ਇਹਨਾਂ ਲਈ ਬੈਟਰ ਹੋ ਜਾਏਗਾ ਜੀ ਦੂਜਾ ਇਹਨਾਂ ਨੇ ਕਿਹਾ ਇਹਦੇ ਵਾਸਤੇ ਦੇਖੋ ਐਫੀਡੇਵਿਟ ਆਫ ਸਪੋਰਟ ਦੀ ਤਾਂ ਲੋੜ ਹੈਗੀ ਆ ਤੇ ਜੇ ਇਹਨਾਂ ਦੀ ਆਪਣੀ ਇਨਕਮ ਨਹੀਂ ਹੈਗੀ ਤੇ ਇਹਨਾਂ ਦੇ ਜਿਹੜੀਆਂ ਉਹਦੀ ਗਾਈਡਲਾਈਨ ਥੱਲੇ ਨਹੀਂ ਆਉਂਦੇ ਤਾਂ ਫਿਰ ਇਹਨਾਂ ਨੂੰ ਪ੍ਰੋਬਲਮ ਆਏਗੀ ਚਾਹੇ ਇਹਨਾਂ ਦੀ ਚਲੋ ਆਪਣੀ ਇਨਕਮ ਨਾ ਹੋਵੇ ਪਰ ਕੋਈ ਹੋਰ ਬੰਦਾ ਐਫੀਡੇਵਿਟ ਆਫ ਸਪੋਰਟ ਦੇ ਦੇਵੇ ਨਾਲ ਉਹ ਠੀਕ ਹੈ ਸੋ ਇਹਨਾਂ ਨੂੰ ਕੋਈ ਨਾ ਕੋਈ ਆਪਣਾ ਰਿਸ਼ਤੇਦਾਰ ਜਾਂ ਕੋਈ ਇਸ ਕਿਸਮ ਦਾ ਬੰਦਾ ਗਰੰਟਰ ਜਿਹੜਾ ਹੁੰਦਾ ਚਾਹੀਦਾ ਜੀ ਹਾਂਜੀ ਜਿਹੜਾ ਕਿ ਨਾਲ ਐਫੀਡੇਵਿਟ ਆਫ ਸਪੋਰਟ ਦੇਵੇ ਸੋ ਉਹਦੇ ਬਿਨਾ ਇਹ ਇਹਨਾਂ ਦੇ ਕੇਸ 'ਚ ਵੀ ਜਿਵੇਂ ਕੰਪਨੀ ਕਰਦੇ ਜਾਂ ਇਹਨਾਂ ਨੂੰ ਕੋਈ ਮੈਡੀਕਲ ਪ੍ਰੋਬਲਮ ਹੋ ਸਕਦੀ ਆ ਵੀ ਉਹ ਇਮੀਗ੍ਰੇਸ਼ਨ ਨੇ ਵੇਵ ਆਫ ਨਹੀਂ ਕਰਨਾ ਠੀਕ ਹੈ ਵਕੀਲ ਸਾਹਿਬ ਹੁਣ ਮੈਂ ਜਾਣਕਾਰੀ ਤੁਹਾਡੇ ਤੋਂ B1 B2 ਵੀਜ਼ਾ ਜਾਂ ਫਿਰ ਹੋਰ ਜਿਹੜੇ ਨੋਨ ਇਮੀਗ੍ਰੈਂਟ ਵੀਜ਼ਾਸ ਨੇ ਕਿਉਂਕਿ COVID-19 ਕਰਕੇ ਉਹ ਐਕਸਟੈਂਡ ਨਹੀਂ ਕਰਾ ਪਾਏ ਜਾਂ ਫਿਰ ਇੰਡੀਆ ਨਹੀਂ ਜਾ ਸਕੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਇਹ ਇਸ ਤਰ੍ਹਾਂ ਜੀ ਵੀ ਜਿਹੜੇ ਵੀਜ਼ੇ ਹੈਗੇ ਜਿਹੜੇ ਤਾਂ ਮਤਲਬ ਬੰਦਿਆਂ ਨੇ ਆਪਣਾ ਵੀਜ਼ਾ ਐਕਸਟੈਂਡ ਕਰਾਉਣ ਵਾਸਤੇ B1 B2 ਐਪਲੀਕੇਸ਼ਨ ਲਾਈ ਹੈ ਜਿਵੇਂ ਇਦਾਂ ਦੇ ਬਹੁਤ ਸਾਰੇ ਆ ਜਿਨ੍ਹਾਂ ਨੇ ਅਪਲਾਈ ਕਰਤਾ ਫਾਰਮ I-539 ਉਹਨਾਂ ਨੂੰ ਤਾਂ ਲੈਟਰਾਂ ਉਹਨਾਂ ਦੀਆਂ ਆਈਆਂ ਨੇ ਪਰ ਉਹ ਉਹਨਾਂ ਦਾ ਜਿਹੜੀ ਐਕਸਟੈਂਸ਼ਨ ਹੈਗੀ ਆ ਪ੍ਰੋਬੇਬਲੀ ਹੋ ਜਾਏਗੀ ਜੇ ਸਾਰੇ ਉਹਨਾਂ ਨੇ ਆਪਣੇ ਡਾਕੂਮੈਂਟਸ ਪ੍ਰੋਪਰ ਭੇਜੇ ਆ ਰਾਈਟ ਤੇ ਜਿਹੜੇ ਬੰਦਿਆਂ ਨੇ ਅਪਲਾਈ ਨਹੀਂ ਕੀਤਾ ਤੇ ਟਾਈਮ ਲੰਘ ਗਿਆ ਉਹਨਾਂ ਦਾ ਉਹਨਾਂ ਨੂੰ ਜੇ ਹੁਣ ਵਾਪਸ ਆਣਗੇ ਤਾਂ ਪ੍ਰੋਬਲਮ ਆ ਸਕਦੀ ਆ ਪਰ ਜੇ ਉਹ ਜਲਦੀ ਚਲੇ ਜਾਣ ਜੇ ਫਰਜ਼ ਕਰੋ ਅਜੇ 10-15 ਦਿਨ ਲੰਘੇ ਆ ਐਂਟਰੀ ਨੂੰ ਤੇ ਉਹ ਚਲੇ ਜਾਣ ਤੇ ਫਿਰ ਆਉਣ ਲੱਗੇ ਉਹ ਐਕਸਪਲੇਨ ਕਰ ਸਕਦੇ ਵੀ ਸਾਡੀ ਆ ਜਿਹੜੀ ਫਲਾਈਟ ਸੀਗੀ ਉਹ ਕੈਂਸਲ ਹੋ ਗਈ ਸਾਡੇ ਕੋਲ ਟਿਕਟ ਸੀਗੀ ਤਾਂ ਅਸੀਂ ਨਹੀਂ ਆ ਸਕਦੇ ਪਰ ਮੇਰੀ ਐਡਵਾਈਸ ਸਾਰਿਆਂ ਨੂੰ ਇਹੀ ਆ ਵੀ ਜਿਨ੍ਹਾਂ ਦਾ ਵਿਜ਼ਟਰ ਵੀਜ਼ਾ ਦੀ ਜਿਹੜੀ ਐਂਟਰੀ ਆ ਉਹ ਖਤਮ ਹੋਣ ਵਾਲੀ ਆ ਅਮਰੀਕਾ ਦੇ ਵਿੱਚ ਉਹ ਐਕਸਟੈਂਸ਼ਨ ਵਾਸਤੇ ਜ਼ਰੂਰ ਅਪਲਾਈ ਕਰਨ ਆਪਣੇ ਆਪ ਕਿਉਂਕਿ ਕਈਆਂ ਨੂੰ ਇਹ ਭਰਮ ਹੈ ਵੀ ਇਹਨਾਂ ਨੇ ਆਪਣੇ ਆਪ ਹੀ ਐਕਸਟੈਂਸ਼ਨ ਦੇ ਦੇਣੀ ਆ ਸਾਰਿਆਂ ਨੂੰ ਰਾਈਟ ਸੋ ਆਪਣੇ ਆਪ ਐਕਸਟੈਂਸ਼ਨ ਨਹੀਂ ਮਿਲੇਗੀ ਪਰ ਤੁਹਾਨੂੰ ਉਹ ਜਿਹੜਾ ਫਾਰਮ ਹੈਗਾ I-539 ਉਹ ਭਰਨਾ ਪਏਗਾ ਉਹ ਭਰ ਕੇ ਜਿਹੜੀਆਂ ਉਹਦੀਆਂ ਰਿਕੁਆਇਰਮੈਂਟਸ ਹੈਗੀਆਂ ਕਿ ਤੁਸੀਂ ਆਪਣੇ ਟਿਕਟ ਦੀ ਕਾਪੀ ਨਾਲ ਲਾਓ ਜਾਂ ਉਹਦੀ ਫੀਸ ਜੋ ਵੀ ਹੈਗੀ ਆ ਉਹ ਭਰੋ ਤੇ ਉਸ ਤੋਂ ਬਾਅਦ ਐਕਸਟੈਂਸ਼ਨ ਮਿਲੇਗੀ ਸੋ ਐਕਸਟੈਂਸ਼ਨ ਜ਼ਰੂਰ ਅਪਲਾਈ ਕਰਨੀ ਚਾਹੀਦੀ ਹੈ ਠੀਕ ਹੈ ਵਕੀਲ ਸਾਹਿਬ ਇੱਕ ਸਵਾਲ ਹੋਰ ਵੀ ਬੜਾ ਅਹਿਮ ਆ ਰਿਹਾ ਕੁਝ ਕਹਿ ਰਹੇ ਸੀਗੇ ਤੁਸੀਂ ਗੋ ਅਹੈਡ ਪਹਿਲੇ ਆਪਣੀ ਗੱਲ ਨੂੰ ਕੰਪਲੀਟ ਕਰੋ ਫਿਰ ਮੈਂ ਸਵਾਲ ਲਾਂਗਾ ਹਾਂ ਇਹਦੇ ਨਾਲ ਕੁਝ ਇਦਾਂ ਦੇ ਵੀ ਬੰਦੇ ਆ ਹਕੀਰਤ ਜੀ ਜਿਹੜੇ ਇੰਡੀਆ ਦੇ ਵਿੱਚ ਜਾ ਕੇ ਜਿਵੇਂ ਗ੍ਰੀਨ ਕਾਰਡ ਹੋਲਡਰਸ ਇੰਡੀਆ ਗਏ ਤੇ ਉੱਥੇ ਸਟਕ ਹੋ ਗਏ ਜੀ ਉਹ ਗ੍ਰੀਨ ਕਾਰਡ ਹੋਲਡਰ ਜਿਹੜਾ ਉਹਨੂੰ 6 ਮਹੀਨੇ ਦੇ ਵਿੱਚ ਵਾਪਸ ਮੁੜਨਾ ਪੈਂਦਾ ਸੋ ਜੇ ਉਹ 6 ਮਹੀਨੇ ਚ ਨਹੀਂ ਆ ਸਕੇ ਉਹਨਾਂ ਨੂੰ ਮਹੀਨਾ 2 ਮਹੀਨਾ ਓਵਰ ਵੀ ਹੋ ਗਏ ਤੇ ਜਦੋਂ ਵੀ ਆ ਖੁੱਲਦਾ ਲੋਕਡਾਊਨ ਉਹਨਾਂ ਨੂੰ ਆਉਣਾ ਚਾਹੀਦਾ ਠੀਕ ਹੈ ਪਲੱਸ ਉਹਨਾਂ ਨੂੰ ਇਹ ਵੀ ਚਾਹੀਦਾ ਕਿ ਜੇ ਉਹ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ ਨੇ ਉਹ ਜੇ ਐਮਬੈਸੀ ਨਾਲ ਕੰਟੈਕਟ ਕਰਦੇ ਆ ਜਾਂ ਸਟੇਟ ਡਿਪਾਰਟਮੈਂਟ ਨਾਲ ਕਰਦੇ ਆ ਤਾਂ ਉਹਨਾਂ ਨੂੰ ਉੱਥੇ ਇੱਥੇ ਮੰਗਾਉਣ ਵਾਸਤੇ ਵੀ ਇੰਤਜ਼ਾਮ ਕੀਤਾ ਜਾ ਸਕਦਾ ਠੀਕ ਹੈ ਤੇ ਜਿਹੜੇ ਬੰਦੇ ਸਾਲ ਜਿਹਨਾਂ ਦਾ ਹੋਣ ਵਾਲਾ ਜਿਵੇਂ ਕਿ ਇਦਾਂ ਦੇ ਵੀ ਹੈਗੇ ਜਿਹੜੇ ਪਿਛਲੇ ਸਾਲ ਵਿੱਚ ਜੁਲਾਈ ਚ ਇੰਡੀਆ ਗਏ ਤੇ ਉੱਥੇ ਰਹਿ ਗਏ ਉਹਨਾਂ ਨੇ ਕਿਹਾ ਚਲੋ ਅਸੀਂ ਫਰਵਰੀ ਮਾਰਚ ਆ ਜਾਵਾਂਗੇ ਤਾਂ ਮੁੜ ਕੇ ਆ ਨਹੀਂ ਸਕੇ ਉਹਨਾਂ ਨੂੰ ਜਦੋਂ ਵੀ ਅੰਬੈਸੀ ਖੁੱਲਦੀ ਆ ਅੰਬੈਸੀ ਨਾਲ ਕੰਟੈਕਟ ਕਰਨਾ ਚਾਹੀਦਾ ਕਿਉਂਕਿ ਜੇ 1 ਸਾਲ ਪੂਰਾ ਹੋ ਗਿਆ ਤਾਂ ਅੰਬੈਸੀ ਦੀ ਪਰਮਿਸ਼ਨ ਤੋਂ ਬਿਨਾਂ ਉਹਨਾਂ ਨੂੰ ਏਅਰਲਾਈਨ ਵਾਲਿਆਂ ਨੇ ਇੱਥੇ ਆਉਣ ਨਹੀਂ ਦੇਣਾ ਬਿਲਕੁਲ ਵਕੀਲ ਸਾਹਿਬ ਇੱਕ ਸਵਾਲ ਸਭ ਤੋਂ ਅਹਿਮ ਜਿਹੜਾ ਇਸ ਟਾਈਮ ਹੈਗਾ ਕਈ ਸਾਰੇ ਨੋਨ ਇਮੀਗ੍ਰੈਂਟ ਵੀਜ਼ਾਸ ਦੇ ਵਿੱਚ H-1B ਵੀਜ਼ਾ ਹੈਗਾ ਕਈਆਂ ਦੀ ਜੌਬ ਚਲੇ ਗਈ ਔਰ ਵੀਜ਼ਾ ਵੀ ਉਹਨਾਂ ਦਾ ਜਿਹੜਾ ਹੈਗਾ ਉਹ ਖਾਰਜ ਕਰ ਦਿੱਤਾ ਗਿਆ ਉਹਨਾਂ ਦੇ ਕੋਲ ਹੁਣ ਕੀ ਵਿਕਲਪ ਹੈਗਾ ਕਿਹੜੇ ਵੀਜ਼ਾ ਦੇ ਵਿੱਚ ਆਪਣੇ ਸਟੇਟਸ ਨੂੰ ਚੇਂਜ ਕਰਾ ਸਕਦੇ ਹੈ ਕਿਉਂਕਿ ਇੰਡੀਆ ਉਹ ਵਾਪਸ ਜਾ ਨਹੀਂ ਸਕਦੇ ਫਲਾਈਟਾਂ ਦਾ ਇੰਤਜ਼ਾਮ ਹੈ ਨਹੀਂ ਨੌਕਰੀ ਤੋਂ ਕੱਢੇ ਗਏ ਨੇ ਬਿਕੋਜ਼ ਆਫ ਯੂ ਨੋ ਦਿਸ COVID-19 ਔਰ ਸਟੇਟਸ ਜਿਹੜਾ ਹੈਗਾ ਉਹ ਵੀ ਉਹਨਾਂ ਨੇ ਬਰਕਰਾਰ ਰੱਖਣਾ ਕੀ ਐਡਵਾਈਸ ਦੋਗੇ ਉਹਨਾਂ ਨੂੰ ਦੇਖੋ ਉਹਨਾਂ ਵਾਸਤੇ ਤਾਂ ਇਹੀ ਹੈ ਵੀ ਅਜੇ ਇਹਨਾਂ ਨੇ ਕੋਈ ਸਪੈਸ਼ਲ ਰੂਲ ਨਹੀਂ ਬਣਾਇਆ ਉਹਨਾਂ ਵਾਸਤੇ ਮਤਲਬ ਜਿਵੇਂ ਅੱਗੇ ਪਹਿਲਾਂ ਇੰਡੀਅਨ ਗਵਰਨਮੈਂਟ ਨੇ ਵੀ ਰਿਕੁਐਸਟ ਕੀਤੀ ਸੀ ਅਮਰੀਕਨ ਗਵਰਨਮੈਂਟਸ ਨੂੰ ਹੋਰਾਂ ਨੇ ਵੀ ਕੀਤੀ ਆ ਵੀ ਜਿਹੜੇ H-1B ਵਾਲੇ ਆ ਉਹਨਾਂ ਨੂੰ ਕੋਈ ਨਾ ਕੋਈ ਰਿਲੀਫ ਦਿਓ ਵੀ ਤਾਂ ਕਿ ਉਹਨਾਂ ਨੂੰ ਤੁਸੀਂ ਜੇ ਉਹ ਲੇ ਆਫ ਵੀ ਹੋ ਗਿਆ ਤਾਂ ਟਾਈਮ ਦੇ ਦਿਓ 6 ਮਹੀਨੇ ਦਾ 4 ਮਹੀਨੇ ਦਾ ਵੀ ਉਨੀ ਦੇਰ ਤੱਕ ਪਰ ਉਹ ਗੱਲ ਜਿਹੜੀ ਆ ਉਹ ਰਿਊਮਰ ਸੀਗੀ ਇਹਨਾਂ ਨੇ ਕਿਤੇ ਉਹ ਗੱਲ ਪਬਲਿਸ਼ ਨਹੀਂ ਕੀਤੀ ਮਤਲਬ ਅਮਰੀਕਨ ਗਵਰਨਮੈਂਟ ਨੇ ਕੋਈ ਇਹਦਾ ਇਸ ਕਿਸਮ ਦਾ ਰੋਲ ਨਹੀਂ ਬਣਾਇਆ ਬਲਕਿ ਇਹਨਾਂ ਨੇ ਇਹ ਕਿਹਾ ਸੀ ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਆਪਣਾ ਜਿਹੜਾ ਇਮੀਗ੍ਰੇਸ਼ਨ ਬੈਨ ਲਾਇਆ ਵੀ ਅਸੀਂ 1-1.5 ਮਹੀਨੇ ਦੇ ਵਿੱਚ ਨੌਨ ਇਮੀਗ੍ਰੈਂਟ ਵੀਜ਼ੇ ਵਾਲਿਆਂ ਵਾਸਤੇ ਰੂਲ ਬਣਾਵਾਂਗੇ ਤੇ ਉਹਨਾਂ ਵਾਸਤੇ ਅਜੇ ਉਹ ਰੂਲ ਹੀ ਆ ਪੁਰਾਣਾ ਸੋ ਜੇ ਉਹ ਲੇ ਆਫ ਹੋ ਜਾਂਦੇ ਆ ਤਾਂ ਉਹਨਾਂ ਨੂੰ ਨਵੀਂ ਜੌਬ ਨਹੀਂ ਮਿਲਦੀ ਤਾਂ ਉਹ ਟੈਕਨੀਕਲੀ ਓਵਰਸਟੇ ਸਮਝੇ ਜਾਣਗੇ ਤਾਂ ਉਹਨਾਂ ਨੂੰ ਫਿਰ ਦੁਬਾਰਾ H-1 ਲੈਣ 'ਚ ਪ੍ਰੋਬਲਮ ਆਏਗੀ ਪਰ ਹੋ ਸਕਦਾ ਐਡਮਿਨਿਸਟ੍ਰੇਸ਼ਨ ਜਿਹੜੇ ਹੁਣ ਆ ਰੂਲ ਬਣਾਏਗੀ ਇਹਨਾਂ ਵਿੱਚ ਕੋਈ ਰਿਲੀਫ ਦੇਵੇ ਉਹਨਾਂ ਨੂੰ ਜਾਂ ਸਰਟਨ ਇੰਡਸਟਰੀ ਦੇ ਵਿੱਚ ਰਿਲੀਫ ਦੇਵੇ ਕਿਉਂਕਿ ਜਿਹੜੀ ਇੰਡਸਟਰੀ ਆ ਉਹਦੇ ਵੀ ਇਨਪੁੱਟ ਲੈ ਰਹੇ ਨੇ ਕਿ ਕਿਹੜੀ ਇੰਡਸਟਰੀ ਨੂੰ ਜ਼ਿਆਦਾ ਲੋੜ ਆ ਸੋ ਉਹਦੇ ਵਿੱਚ ਵੀ ਰਿਲੀਫ ਮਿਲ ਸਕਦੀ ਆ ਤੇ ਇਹ ਹੁਣ
एक सवाल ਸਾਨੂੰ ਈਮੇਲ ਰਾਹੀਂ ਆਇਆ ਸੀਗਾ ਕੈਨ ਆਈ ਚੇਂਜ ਮਾਈ H1 ਸਟੇਟਸ ਇਨਟੂ F1 ਸਟੇਟਸ ਬਿਕੋਜ਼ ਆਈ ਐਮ ਨਾਟ ਵਰਕਿੰਗ ਵਿਦ ਦ ਕੰਪਨੀ ਐਂਡ ਦੇ ਯੂ ਨੋ ਆਰ ਡਿਨਾਈਡ ਮਾਈ H1B ਵੀਜ਼ਾ ਦੇਖੋ ਜੇ ਤਾਂ ਇਹਨਾਂ ਦਾ H1 ਸਟੇਟਸ ਅਜੇ ਵੈਲਿਡ ਆ ਹਾਂਜੀ ਵੀ ਜੇ ਮਤਲਬ ਖਤਮ ਨਹੀਂ ਹੋਇਆ ਫਿਰ ਤਾਂ ਇਹ ਚੇਂਜ ਕਰਨ ਦੀ ਟਰਾਈ ਕਰ ਸਕਦੇ ਐਡਮਿਸ਼ਨ ਲੈ ਕੇ I-20 ਫਾਰਮ ਲੈ ਕੇ ਕਿਸੇ ਵੀ ਜਿਹੜਾ ਐਜੂਕੇਸ਼ਨ ਇੰਸਟੀਟਿਊਸ਼ਨ ਤੋਂ ਪਰ ਜੇ ਉਹਦਾ ਮਤਲਬ ਖਤਮ ਹੋ ਗਿਆ ਕਿ 2-3 ਮਹੀਨੇ ਪਹਿਲਾਂ ਇਹਨਾਂ ਨੂੰ ਹਟਾਤਾ ਤੇ ਉਹ ਟਾਈਮ ਲੰਘ ਗਿਆ ਫਿਰ ਇਹਨਾਂ ਨੂੰ F1 ਚ ਵੀ ਪ੍ਰੋਬਲਮ ਆ ਸਕਦੀ ਆ ਸੋ ਇਹਦੇ ਥੋੜਾ ਜਿਹਾ ਮਤਲਬ ਇਹਨਾਂ ਨੂੰ ਇਹੀ ਆ ਵੀ ਜੇ ਇਹਨਾਂ ਨੇ ਜ਼ਿਆਦਾ ਮਤਲਬ ਡਿਟੇਲ ਦੇ ਵਿੱਚ ਇਨਫੋਰਮੇਸ਼ਨ ਲੈਣੀ ਆ ਤਾਂ ਮੈਨੂੰ ਮੇਰੇ ਨੰਬਰ ਤੇ ਫੋਨ ਕਰ ਲੈਣ ਪ੍ਰੋਗਰਾਮ ਤੋਂ ਬਾਅਦ 9179154142 ਤੇ ਇਹਨਾਂ ਦੀ ਜਿਹੜੀ ਪੂਰੀ ਪੋਜੀਸ਼ਨ ਸਮਝ ਕੇ ਇਹਨਾਂ ਨੂੰ ਆਪਾਂ ਸਹੀ ਐਡਵਾਈਸ ਕਰ ਦਾਂਗੇ ਠੀਕ ਹੈ ਵਕੀਲ ਸਾਹਿਬ ਜਿਹੜੇ ਗ੍ਰੀਨ ਕਾਰਡ ਹੋਲਡਰ ਸਿਸਟਮ ਇੰਡੀਆ ਦੇ ਵਿੱਚ ਫਸੇ ਹੋਏ ਨੇ ਗ੍ਰੀਨ ਕਾਰਡ ਦੀ ਡੇਟ ਖਤਮ ਹੋਣ ਜਾ ਰਹੀ ਹੈ ਮੇ ਬੀ ਦਿਸ ਮੰਥ ਮੇ ਬੀ ਨੈਕਸਟ ਮੰਥ ਉਹਨਾਂ ਨੂੰ ਇਮੀਡੀਏਟ ਕੀ ਕਰਨਾ ਚਾਹੀਦਾ ਜਿਨ੍ਹਾਂ ਦੇ ਵੀ ਇਸ ਟਾਈਮ ਪਰਿਵਾਰ ਉਹਨਾਂ ਨੂੰ ਵੇਖ ਰਹੇ ਨੇ ਇੱਥੇ ਉਹ ਕੀ ਕੁਝ ਐਡਵਾਈਸ ਕਰਨ ਉਹਨਾਂ ਨੂੰ ਬੈਕ ਟੂ ਇੰਡੀਆ ਇਹਦੇ ਬਾਰੇ ਆਪਾਂ ਜਿਵੇਂ ਹੁਣ ਗੱਲ ਪਹਿਲਾਂ ਵੀ ਕਰ ਰਹੇ ਸੀ ਉਹ ਇਹ ਆ ਵੀ ਜੇ ਤਾਂ ਉਹਨਾਂ ਦਾ 6 ਮਹੀਨੇ ਲੰਘੇ ਆ ਜੇ ਤੇ ਅਜੇ ਮਤਲਬ ਉਹਨਾਂ ਕੋਲੇ ਜਿਵੇਂ ਕੋਈ ਬੰਦਾ ਜਨਵਰੀ ਚ ਗਿਆ ਜਾਂ ਦਸੰਬਰ ਚ ਗਿਆ ਜੀ ਤੇ ਉਹਨਾਂ ਕੋਲ ਰਿਟਰਨ ਟਿਕਟ ਸੀਗੀ ਵੈਲਿਡ ਜਿਵੇਂ ਕਿਸੇ ਕੋਲ ਮਈ ਦੀ ਟਿਕਟ ਸੀ ਜਾਂ ਜੂਨ ਦੀ ਸੀਗੀ ਤੇ ਆ ਨਹੀਂ ਸਕੇ ਉਹ ਤਾਂ ਜਦੋਂ ਵੀ ਲੋਕਡਾਊਨ ਖੁੱਲਦਾ ਆ ਜਾਣ ਆਪਣੀ ਟਿਕਟ ਕੋਡ ਰੱਖਣ ਤੇ ਉਹਨਾਂ ਨੂੰ ਤਾਂ ਇੱਥੇ ਕੋਈ ਪ੍ਰੋਬਲਮ ਖਾਸ ਨਹੀਂ ਆਈ ਕਿਉਂਕਿ ਦੇ ਕੈਨ ਐਕਸਪਲੇਨ ਕਿ ਜਿਹੜੇ ਸਰਕਮਸਟੈਂਸਸ ਸੀ ਇਹ ਮੇਰੇ ਜਿਹੜੇ ਕੰਟਰੋਲ ਤੋਂ ਬਾਹਰ ਸੀਗੇ ਰਾਈਟ ਪਰ ਜਿਹੜੇ ਬੰਦਿਆਂ ਨੂੰ ਸਾਲ ਹੋਣ ਵਾਲਾ ਜਿਵੇਂ ਕਿ ਇਦਾਂ ਦੇ ਵੀ ਆ ਜਿਹੜੇ ਕਿ ਸਾਲ ਹੋਣ ਵਾਲਾ ਪਰਮਿਸ਼ਨ ਲਈ ਨਹੀਂ ਇੱਥੋਂ ਜਿਵੇਂ 2 ਸਾਲ ਦਾ ਜਿਹੜਾ ਰੀਐਂਟਰੀ ਪਰਮਿਟ ਹੁੰਦਾ ਉਹ ਨਹੀਂ ਲਿਆ ਉਦਾਂ ਹੀ ਚਲੇ ਗਏ ਵੀ ਆ ਜਾਾਂਗੇ ਚਲੋ ਤੇ ਉਹ ਫਸ ਗਏ ਉਹਨਾਂ ਨੂੰ ਐਮਬੈਸੀ ਨਾਲ ਕੰਟੈਕਟ ਕਰਨਾ ਪਏਗਾ ਜਦੋਂ ਐਮਬੈਸੀ ਖੁੱਲੇਗੀ ਉਹਨਾਂ ਨੂੰ ਆਪਣੇ ਜਿਹੜੀ ਹੈ ਕਿ ਟਿਕਟ ਉਹਨਾਂ ਨੂੰ ਵੀ ਚਾਹੀਦੀ ਆ ਦਿਖਾਉਣ ਲਈ ਕਿ ਸਾਡੇ ਕੋਲ ਟਿਕਟ ਸੀਗੀ ਤਾਂ ਅਸੀਂ ਵਾਪਸ ਜਾਣਾ ਸੀ ਵਕੀਲ ਸਾਹਿਬ ਇੱਕ ਅਖੀਰਲਾ ਸਵਾਲ ਲੈ ਲੈਣਾ ਜੇ ਇਸ ਕਿਉਂਕਿ ਮਾਹੌਲ ਦਿਨ ਬਰ ਦਿਨ ਵਿਗੜਦਾ ਜਾ ਰਿਹਾ ਅਮਰੀਕਾ ਦਾ ਜੇ ਕਿਸੇ ਦੇ ਨਾਲ ਲੁੱਟਖੋ ਹੁੰਦੀ ਹੈ ਜਾਂ ਫਿਰ ਭੰਨਤੋੜ ਹੁੰਦੀ ਹੈ ਉਹਨਾਂ ਦੇ ਕੋਲ ਕੋਈ ਵਿਕਲਪ ਹੈਗਾ ਆਪਣੇ ਸਟੇਟਸ ਨੂੰ ਚੇਂਜ ਕਰਨ ਦੇ ਲਈ ਹਾਂਜੀ ਉਹਦੇ ਵਾਸਤੇ ਇੱਕ ਯੂ ਵੀਜ਼ਾ ਜਿਹੜਾ ਹੈਗਾ ਉਹ ਹੁੰਦਾ ਜੇ ਉਹਨਾਂ ਦੇ ਪਲੇਸ ਆਫ ਬਿਜ਼ਨਸ ਦੇ ਉੱਤੇ ਉਹਨਾਂ ਨੂੰ ਫਰਜ਼ ਕਰੋ ਕੋਈ ਬੰਦਾ ਗੈਸ ਸਟੇਸ਼ਨ ਤੇ ਕੰਮ ਕਰਦਾ ਜਾਂ ਲਿਕਰ ਸਟੋਰ ਤੇ ਕਰਦਾ ਜਾਂ ਕਿਤੇ ਕਰਦਾ ਉੱਥੇ ਕੋਈ ਮਤਲਬ ਬੰਦਾ ਆਉਂਦਾ ਉਹਨਾਂ ਕੁੱਟਮਾਰ ਕਰਦਾ ਜਾਂ ਉਹਤੋਂ ਪੈਸੇ ਜਿਹੜੇ ਰੌਬ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਹਦੇ ਵਿੱਚ ਇਹ ਆ ਕਿ ਜਿਹੜੀ ਪੁਲਿਸ ਕੰਪਲੇਂਟ ਹੋਈ ਹੋਣੀ ਚਾਹੀਦੀ ਆ ਕਿ ਪੁਲਿਸ ਕੰਪਲੇਂਟ ਹੋਵੇ ਉਹਦੇ ਵਿੱਚ ਉਹਦਾ ਨਾਂ ਹੋਵੇ ਬੰਦੇ ਦਾ ਜਿਹਨੇ ਅਪਲਾਈ ਕਰਨਾ ਯੂ ਵੀਜ਼ਾ ਵੀ ਇੱਥੇ ਅਟੈਕ ਹੋਇਆ ਰਾਈਟ ਤੇ ਜੇ ਉੱਤੇ ਕੋਈ ਹਮਲਾ ਜਾਂ ਉਹਨੂੰ ਇੰਜਰੀ ਵੀ ਸ਼ੋਅ ਕਰਨੀ ਪੈਂਦੀ ਆ ਵੀ ਜਿਵੇਂ ਉੱਤੇ ਕੋਈ ਅਟੈਕ ਹੋਇਆ ਹਸਪੀਟਲ ਗਿਆ ਜਾਂ ਨਹੀਂ ਵੀ ਹਸਪੀਟਲ ਗਿਆ ਤਾਂ ਮੈਂਟਲੀ ਉਹਨੂੰ ਕੋਈ ਜਿਵੇਂ ਕਈ ਬੰਦਿਆਂ ਨੂੰ ਇਹੋ ਜਿਹੇ ਹਮਲੇ ਤੋਂ ਬਾਅਦ ਡਰ ਲੱਗਣਾ ਸ਼ੁਰੂ ਹੋ ਜਾਂਦਾ ਨਾਈਟਮੇਅਰ ਨੇ ਉਹ ਕਿਸੇ ਸਾਈਕੈਟ੍ਰਿਸਟ ਕੋਲ ਜਾਵੇ ਤੇ ਉਹ ਅਪਲਾਈ ਕਰ ਸਕਦਾ ਕੋਈ ਪ੍ਰੋਬਲਮ ਨਹੀਂ ਤੇ ਯੂ ਵੀਜ਼ੇ ਦੀ ਖੂਬੀ ਇਹ ਆ ਵੀ ਇਹਦੇ ਚ ਨਾ ਤਾਂ ਲੀਗਲ ਐਂਟਰੀ ਦੀ ਲੋੜ ਆ ਵੀ ਜਿਵੇਂ ਇਹਦੇ ਵਿੱਚ ਇਹ ਨਹੀਂ ਵੀ ਬੰਦਾ B1 B2 ਤੇ ਹੋਵੇ ਜਾਂ F1 ਤੇ ਜਾਂ H1 ਤੇ ਹੋਵੇ ਤੇ ਨਾ ਹੀ ਇਹਦੇ ਵਿੱਚ ਕੋਈ ਜਿਹੜੀ ਹੈਗੀ ਆ ਉਹ ਇਹ ਲੋੜ ਹੈਗੀ ਆ ਕਿ ਉਹਦਾ ਜਿਹੜਾ ਉੱਤੇ ਕੋਈ ਡੈਪੋਟੇਸ਼ਨ ਨਾ ਹੋਵੇ ਈਵਨ ਜੇ ਕਿਸੇ ਦੇ ਉੱਤੇ ਡੈਪੋਟੇਸ਼ਨ ਵੀ ਲੱਗੀ ਆ ਫੈਗਰੋ ਕਿਸੇ ਨੂੰ ਕਿਸੇ ਅਸਾਈਲਮ ਦੇ ਕੇਸ ਜਾਂ ਕਿਸੇ ਵਿੱਚ ਮਤਲਬ ਪਹਿਲਾਂ ਡੈਪੋਟੇਸ਼ਨ ਦਾ ਆਰਡਰ ਹੋਇਆ ਅਪੀਲਾਂ ਫੇਲ ਹੋ ਗਈਆਂ ਉਹ ਵੀ ਯੂ ਵੀਜ਼ਾ ਕਰ ਸਕਦਾ ਸੋ ਯੂ ਵੀਜ਼ੇ ਵਾਸਤੇ ਤਾਂ ਆਲਮੋਸਟ ਹਰੇਕ ਬੰਦਾ ਐਲੀਜੀਬਲ ਆ ਪਰ ਉਹਦਾ ਸ਼ਰਤ ਇਹੀ ਆ ਕਿ ਜਿਹੜੀ ਪੁਲਿਸ ਰਿਪੋਰਟ ਹੋਣੀ ਚਾਹੀਦੀ ਹੈ ਜੋ ਰਾਈਟ ਵਕੀਲ ਸਾਹਿਬ ਮੈਂ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਪ੍ਰੋਗਰਾਮ ਦੇ ਤਹਿਤ ਜੁੜੇ ਕਈ ਸਾਰੀ ਅਹਿਮ ਜਾਣਕਾਰੀ ਦਿੱਤੀ ਐਸੇ ਕੇ ਅਟਾਰਨੀ ਜਸਪ੍ਰੀਤ ਸਿੰਘ ਔਰ ਕਈ ਸਾਰੇ ਦਫ਼ਤਰ ਨੇ ਫਰੋਮ ਕੋਸਟ ਟੂ ਕੋਸਟ ਦੀ ਗੱਲ ਕਰੀਏ ਫਰੋਮ ਈਸਟ ਕੋਸਟ ਟੂ ਵੈਸਟ ਕੋਸਟ ਦੇ ਹੈਵ ਯੂ ਨੋ ਆਫਿਸ ਇਨ ਨਿਊਯਾਰਕ ਕੈਲੀਫੋਰਨੀਆ ਮਿਡਵੈਸਟ ਦੇ ਵਿੱਚ ਸੋ ਤੁਸੀਂ ਇਹਨਾਂ ਨੂੰ ਕਾਲ ਵੀ ਕਰ ਸਕਦੇ ਹੋ ਔਰ ਅਹਿਮ ਜਾਣਕਾਰੀ ਜੇਕਰ ਤੁਸੀਂ ਚਾਹੁੰਦੇ ਹੋ ਆਪਣੇ ਇਮੀਗ੍ਰੇਸ਼ਨ ਨਾਲ ਸੰਬੰਧਿਤ ਤਾਂ ਇਹਨਾਂ ਨੂੰ ਕਾਲ ਕਰਕੇ ਤੁਸੀਂ ਪਰਸਨਲ ਫਰੀ ਕੰਸਲਟੇਸ਼ਨ ਵੀ ਲੈ ਸਕਦੇ ਹੋ ਫਿਲਹਾਲ ਲੋਅ ਗਾਈਡ ਦੇ ਵਿੱਚ ਮੈਨੂੰ ਹਰਕੀਰਤ ਸਿੰਘ ਆਲੂਵਾਲੀਆ ਅਤੇ ਮੇਰੀ ਪੂਰੀ ਟੀਮ ਨੂੰ ਦਿਵੋ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ